ਭਾਈ ਜਿਹੜਾ ਮੇਰਾ ਵੀਰ ਚਾਹੁੰਦਾ ਵੀ ਅਮਨ ਤੇ ਓਂਕਾਰ ਦੀ ਜੋੜੀ ਸਲਾਮਤ ਰਹੇ ਭਰਾਵਾਂ ਦੀ ਇਹਨਾਂ ਦੋਵਾਂ ਦੀ, ਉਹ ਮੇਰਾ ਵੀਰ ਵੀਡੀਓ ਨੂੰ ਬਹੁਤ ਸ਼ੇਅਰ ਕਰਿਓ। ਥੋੜ੍ਹੀ ਜਿਹੀ ਗੱਲ ਇਹ ਹੈ ਵੀ ਓਂਕਾਰ ਹੈ ਜਿਹੜਾ ਉਹਦੀਆਂ ਦੋਨੋਂ ਕਿਡਨੀਆਂ ਦੇ ਵਿੱਚ ਪ੍ਰੋਬਲਮ ਆ ਗਈ ਹੈ ਕਾਫੀ ਜ਼ਿਆਦਾ, ਸੋ ਕਿਡਨੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ। ਰਿਪੋਰਟ ਦੇ ਮੁਤਾਬਕ ਕਿਡਨੀਆਂ ਦਾ ਜਿਹੜਾ ਕ੍ਰੀਟਿਨਿਨ ਹੈ ਉਹ ਚਾਹੀਦਾ ਆਪਾਂ ਨੂੰ 0.70 ਤੋਂ 1.30, ਪਰ ਇਹਦਾ 3.98 ਹੋ ਗਿਆ, ਕਾਫੀ ਜ਼ਿਆਦਾ ਵੱਧ ਗਿਆ। ਕੀ ਮਦਦ ਲਈ ਅਪੀਲ ਕਰਦਾ ਵੀਰ? ਲੋੜ ਤੋਂ ਵੱਧ ਅਰਦਾਸ ਕੀਤੀ ਜਾਵੇ ਤੋ ਸਾਡਾ ਜਲਦੀ ਜਲਦੀ ਅਸੀਂ ਠੀਕ ਹੋਈਏ ਤੇ ਸਾਡੀ ਅਰਦਾਸਾਂ ਜ਼ਰੂਰ ਕੀਤੀਆਂ ਜਾਵੇ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਅੱਜ ਜਿਹੜੀ ਮੈਂ ਵੀਡੀਓ ਪਾਉਣ ਲੱਗਾ ਇਹ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਵੀ, ਅਤੇ ਉਹਨਾਂ ਲੋਕਾਂ ਤੱਕ ਇਹ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਜਿਹੜੇ ਹਮੇਸ਼ਾ ਦੂਜਿਆਂ ਦੀ ਮਦਦ ਲਈ ਅੱਗੇ ਰਹਿੰਦੇ ਨੇ। ਦੋ ਭਰਾਵਾਂ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਅਮਨ ਅਤੇ ਓਂਕਾਰ, ਇਹਨਾਂ ਭਰਾਵਾਂ ਦੀ ਜੋੜੀ ਇਸ ਤਰ੍ਹਾਂ ਬਣੀ ਰਹੇ, ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖਸ਼ੇ। ਪਰ ਥੋੜ੍ਹੀ ਜਿਹੀ ਗੱਲ ਇਹ ਹੈ ਵੀ ਓਂਕਾਰ ਹੈ ਜਿਹੜਾ ਉਹਦੀਆਂ ਦੋਨੋਂ ਕਿਡਨੀਆਂ ਦੇ ਵਿੱਚ ਪ੍ਰੋਬਲਮ ਆ ਗਈ ਹੈ ਕਾਫੀ ਜ਼ਿਆਦਾ, ਸੋ ਕਿਡਨੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ। ਡਾਕਟਰਾਂ ਨੇ ਦੱਸਿਆ ਵੀ ਜਲਦੀ ਤੋਂ ਜਲਦੀ ਦਾ ਇਲਾਜ ਕਰਵਾ ਲਓ, ਨਹੀਂ ਫਿਰ ਨੁਕਸਾਨ ਹੋ ਸਕਦਾ। ਅਮਨ ਵੀ ਕਹਿੰਦਾ ਮੈਂ ਕਮਜ਼ੋਰ ਹੋ ਰਿਹਾ, ਤੁਰ ਨਹੀਂ ਹੁੰਦਾ, ਸੋ ਦਵਾਈਆਂ ਬਹੁਤ ਖਿਲਾਈਆਂ ਬਾਈ ਜੀ, PGI ਤੋਂ ਵੀ ਇਲਾਜ ਹੋਇਆ, ਉਸ ਤੋਂ ਬਾਅਦ ਦੇਸੀ ਇਲਾਜ ਵੀ ਹੋਏ, ਪਰ ਬਹੁਤਾ ਫਰਕ ਨਹੀਂ ਪਿਆ। ਸੋ ਅੱਜ ਫਿਰ ਓਂਕਾਰ ਦੀ ਮਾਤਾ ਦਾ ਸਵੇਰੇ ਜਦੋਂ ਤੜਕਸਾਰ ਫੋਨ ਆਇਆ ਵੀ ਓਂਕਾਰ ਜੀ 5 ਦਿਨ ਹਸਪਤਾਲ ਰਹਿ ਕੇ ਆਇਆ, ਖੂਨ ਚੜਿਆ ਇਹਦਾ, ਅਤੇ ਖੂਨ ਦਿਖਾਈ ਕਿੱਥੇ ਕਿੱਥੇ ਚੜਿਆ ਤੇਰਾ, ਨਸ਼ਾ ਹੀ ਨਹੀਂ ਲੱਭੀਆਂ ਪਹਿਲਾਂ ਖੂਨ ਵਾਲੀਆਂ, ਆਹ ਦੇਖੋ ਜੀ ਨਿਸ਼ਾਨ, ਦੇਖੋ ਕਿਵੇਂ ਪਏ ਹੋਏ ਆ, ਸੋ ਬਹੁਤ ਔਖਾ ਖੂਨ ਚੜਿਆ ਹੈ। ਸੋ ਹੁਣ ਠੀਕ ਆ ਤੂੰ? ਕੀ ਪ੍ਰੋਬਲਮ ਕੀ ਹੁੰਦੀ ਤੈਨੂੰ? ਦੱਸ ਪ੍ਰੋਬਲਮ ਦੱਸ ਸਾਰੀ, 10 ਮਿੰਟ ਦੱਸ। ਤੁਰ ਨਹੀਂ ਹੁੰਦਾ, ਬੈਠ ਨਹੀਂ ਹੁੰਦਾ, ਔਖਾ ਕਰਦਾ। ਅੱਛਾ, ਪਿੱਠ ਵਿੱਚ ਟੀਕਾ ਲਾਤਾ ਜੀ? ਰੇੜੀ ਹੱਡੀ ਦੇ ਵਿੱਚ PGI ਵਾਲਿਆਂ ਨੇ ਕੋਈ ਟੀਕਾ ਲਾਇਆ ਉਸ ਤੋਂ ਬਾਅਦ? ਪਾਣੀ ਕੱਢਿਆ। ਅੱਛਾ, ਪਾਣੀ ਕੱਢ ਕੇ ਉਹਨਾਂ ਨੇ ਦੱਸਿਆ ਕੁਛ ਨਹੀਂ, ਕਾਹਦੇ ਵਾਸਤੇ ਕੱਢਿਆ। ਅੱਛਾ, ਹਾਂਜੀ, ਫਿਰ ਛੁੱਟੀ ਕਰਤੀ। ਹਾਂ, ਕਦੋਂ ਲੈ ਗਏ ਸੀ ਤੁਸੀਂ PGI? PGI ਅਸੀਂ ਨਹੀਂ ਕਰਦੇ ਕਿਤੇ। ਕੀ ਗੱਲ ਹੋਈ ਸੀ PGI ਕਦ ਲੈ ਕੇ ਗਏ ਸੀਗੇ? PGI ਬਿਮਾਰ ਹੋ ਗਿਆ ਤਾ। ਅੱਛਾ, ਤੇ ਹਿਲਦਾ ਤਾਂ ਝਟਕੇ ਪੈਂਦੇ ਨਾ ਬਹੁਤ, ਮੈਂ ਕਦੇ ਠੰਡ ਲੱਗਦੀ ਆ, ਮੈਂ ਆਪਣੀ ਦਵਾਈ ਲਈ ਜਾ ਕੇ ਪੜਤੀ 2 ਵਾਰੀ, ਤੇ ਇਹਦਾ ਘਟਦਾ BP ਤਾਂ ਸਾਨੂੰ ਪਤਾ ਨਹੀਂ ਲੱਗਿਆ। ਅੱਛਾ, ਜਦ ਇਹਨੂੰ ਦੌਰਾ ਪਿਆ ਸਾਨੂੰ ਤਾਂ ਪਤਾ ਲੱਗਿਆ, ਫਿਰ ਇਹਨੂੰ ਅਸੀਂ ਹਸਪਤਾਲ ਲੈ ਕੇ ਗਏ ਆ, ਉੱਥੇ ਸਾਨੂੰ ਉਹਨਾਂ ਨੇ ਦੱਸਿਆ ਵੀ ਤਾਂ BP 0 ਹੋ ਗਿਆ, ਵੀ ਤੁਸੀਂ ਇਹਨਾਂ ਨੂੰ ਹੁਣੇ ਹਸਪਤਾਲ ਲੈ ਕੇ ਜਾਓ। ਅੱਛਾ, PGI ਉਹਨਾਂ ਹੁਣ PGI ਭੇਜਿਆ, ਉਹਨਾਂ ਨੇ ਇੱਕ ਰਾਤ ਰੱਖਿਆ, ਦੂਏ ਦਿਨ ਛੁੱਟੀ ਕਰਦੀ, ਦੂਏ ਦਿਨ ਜੇ ਛੁੱਟੀ ਕਰੀ ਉਹਨਾਂ ਨੇ ਰੀੜ ਦੀ ਹੱਡੀ ਮਤਲਬ ਟੀਕਾ ਲਾ ਕੇ ਪਾਣੀ ਕੱਢਿਆ ਸੀ।
ਖੂਨ ਨੀ ਤਾ 6 ਗ੍ਰਾਮ ਤੇ ਘੱਟ ਦਾ 21 ਦੀਆਂ ਉਹ ਕਿਹਾ ਕਹਿੰਦੇ ਖਿੱਟਣੀਆਂ ਖਰਾਬ ਹੋ ਗਈਆਂ ਤੋਂ ਵੀ ਇਹ ਜਰੂਰੀ ਮਹੀਨੇ ਦੇ ਅੰਦਰ ਪਾਉਣੀਆਂ ਪੈਣੀਆਂ ਹੁਣ ਤਾਂ ਲੈਟਿੰਗ ਬਾਥਰੂਮ ਆਉਂਦਾ ਹੈ ਲੈਟਿੰਗ ਬਾਥਰੂਮ ਜਾਂ ਬੰਦ ਹੋ ਗਿਆ ਇਹਦੇ ਮੁੰਡੇ ਦਾ ਔਖਾ ਹੋ ਜਾਣਾ ਸਵਾੜੇ ਤੂੰ ਸੜਕ ਹੁਣ ਲਾ ਕੇ ਜਾਏਗਾ ਸੜਕ ਉਹਦੇ ਕਰਾ ਸਕਦੇ ਹਾਂ ਆ ਤੁਸੀਂ ਦੇਖ ਸਕਦੇ ਹੋ ਟੈਸਟ ਰਿਪੋਰਟ ਜਿਹੜੀ ਰਿਪੋਰਟ ਦੇ ਮੁਤਾਬਕ ਕਿਡਨੀਆਂ ਦਾ ਜਿਹੜਾ ਕ੍ਰੀਟਿਨਿਨ ਹੈ ਉਹ ਚਾਹੀਦਾ ਆਪਾਂ ਨੂੰ 0.70 ਤੋਂ 1.30 ਪਰ ਇਹਦਾ 3.98 ਹੋ ਗਿਆ ਕਾਫੀ ਜ਼ਿਆਦਾ ਵੱਧ ਗਿਆ ਉਹ ਕਿਡਨੀਆਂ ਜਿਹੜੀਆਂ ਡੈਮੇਜ ਹੋਣੀਆਂ ਸ਼ੁਰੂ ਹੋ ਗਈਆਂ ਕਹਿੰਦੇ ਦੋਨੋਂ ਤੇ ਉਹ ਕੀ ਕਹਿੰਦੇ ਕਿਡਨੀਆਂ ਬਦਲਣੀਆਂ ਬਦਲਵਾ ਕੋਈ ਹਾਂਜੀ ਉਹਨਾਂ ਨੇ ਕਿਡਨੀਆਂ ਪੈਣੀਆਂ ਵਾਲੀਆਂ ਬਿਲਕੁਲ ਘਰ ਦੀ ਸਥਿਤੀ ਵੀ ਕਾਫੀ ਜ਼ਿਆਦਾ ਕਿਉਂਕਿ ਪਹਿਲਾਂ ਜਦੋਂ ਲੋੜ ਨਹੀਂ ਸੀ ਪੈਸਾ ਆ ਗਿਆ ਸੀ ਜਾਂ ਰਾਸ਼ਨ ਆ ਰਹੇ ਸੀ ਤਾਂ ਆਂਟੀ ਜੀ ਨੇ ਕਹਿਤਾ ਵੀ ਮੈਨੂੰ ਲੋੜ ਨਹੀਂ ਹੈ ਆਂਟੀ ਜੀ ਜੇ ਹੁਣ ਇਹਨੇ ਇਲਾਜ ਦੇ ਲਈ ਆਪਾਂ ਖਰਚਾ ਪੈਸਾ ਵੱਧ ਆ ਜਾਂਦਾ ਲੋੜ ਤੋਂ ਜ਼ਿਆਦਾ ਕਿਤੇ ਆਪਾਂ ਨੂੰ ਲਾਉਣਾ ਹੋਰ ਪੈ ਜੇ ਤਾਂ ਲਾ ਦੋਗੇ ਹਾਂਜੀ ਮੈਂ ਲਾਉਂਗੀ ਫਾਲਤੂ ਪੈਸਾ ਮੈਂ ਤੁਹਾਨੂੰ ਦੱਸੂਗੀ ਇੰਨਾ ਕੋ ਬਚਿਆ ਹੈ ਠੀਕ ਹੈ ਉਹ ਮੈਂ ਤੁਹਾਨੂੰ ਦਊਂਗੀ ਠੀਕ ਹੈ ਕੋਈ ਨਾ ਜੀ ਤੇ ਉਹ ਆਪਾਂ ਦੱਸ ਕੇ ਤੁਹਾਨੂੰ ਵੀ ਪੈਸਾ ਜਿਹੜਾ ਹੈ ਪਰ ਇਹਨਾਂ ਭਰਾਵਾਂ ਦੀ ਬਾਈ ਜਿਹੜਾ ਮੇਰਾ ਵੀਰ ਚਾਹੁੰਦਾ ਵੀ ਅਮਨ ਤੇ ਓਂਕਾਰ ਦੀ ਜੋੜੀ ਸਲਾਮਤ ਰਹੇ ਭਰਾਵਾਂ ਦੀ ਇਹਨਾਂ ਦੋਵਾਂ ਦੀ ਉਹ ਮੇਰਾ ਵੀਰ ਵੀਡੀਓ ਨੂੰ ਬਹੁਤ ਸ਼ੇਅਰ ਕਰਿਓ ਤੇ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਦੇ ਰਹੇ ਹਾਂ ਮੋਬਾਈਲ ਨੰਬਰ ਦੇ ਰਹੇ ਹਰ ਵਾਰ ਦੀ ਤਰ੍ਹਾਂ ਦੋਸਤੋ ਮੈਂ 2-3 ਵਾਰ ਵੀਡੀਓ ਪਾਈਆਂ ਇਹਨਾਂ ਦੀ ਆਂਟੀ ਉਹਨਾਂ ਨੇ ਮੈਨੂੰ ਕਿਹਾ ਵੀ ਗੁਜ਼ਾਰਾ ਨਹੀਂ ਹੁੰਦਾ ਹੁਣ ਪਰ ਪੈਸੇ ਪਤਾ 85 ਹੋਇਆ ਇੱਕ ਵਾਰ ਕੋਈ ਵੀ ਨਹੀਂ ਆਇਆ ਪੈਸਾ ਗੱਲ ਇਹ ਵੀ ਆ ਵੀ ਸਾਡੇ ਚੈਨਲਾਂ ਦੀ ਰੀਚ ਵੀ ਜਿਹੜੀ ਹੈਗੀ ਉਹ ਖਤਮ ਕਰ ਦਿੱਤੀ ਗਈ ਤੁਸੀਂ ਵੀ ਜਾਣਦੇ ਹੋ ਪਰ ਅਸੀਂ ਨਵਾਂ ਚੈਨਲ ਬਣਾਇਆ ਵੀਰਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕੀ ਕਹਿੰਦਾ ਬਾਈ ਓਂਕਾਰ ਲਈ ਹੁਣ ਕੀ ਕੀ ਮਦਦ ਲਈ ਅਪੀਲ ਕਰਦਾ ਵੀਰੇ ਪੈਸੇ ਦੇ ਨਾਲ ਨਾਲ ਤੁਹਾਡੀ ਅਰਦਾਸ ਵੀ ਕਰੇ ਲੋਕ ਇਹ ਵੀ ਕਹੋ ਨਾ ਵੀ ਭਾਈ ਰੱਬ ਜਿੰਨੀ ਵੱਧ ਤੋਂ ਵੱਧ ਜਿੰਨੀ ਲੋੜ ਤੋਂ ਵੱਧ ਅਰਦਾਸ ਕੀਤੀ ਜਾਵੇ ਤੰਦਰੁਸਤ ਰਹਿ ਕੇ ਕੀ ਕਰਨਾ ਫਿਰ ਕੀ ਕਰਨ ਦੀ ਇੱਛਾ ਜਦੋਂ ਤੰਦਰੁਸਤ ਹੋ ਗਏ ਫਿਰ ਕੀ ਇੱਛਾ ਹੈ ਮਨ ਚ ਇੱਛਾ ਇਹ ਵੀ ਮੰਮੀ ਨੂੰ ਵੀ ਸਹਾਰਾ ਦਊਂਗੇ ਫਿਰ ਕੁਛ ਜਿਵੇਂ ਹੁਣ ਲੋਕ ਸਾਡੀ ਮਦਦ ਕਰਦੇ ਆ ਕਿਸੇ ਨੂੰ ਲੋੜਵੰਦ ਨੂੰ ਹਨਾ ਜੀ ਏਦਾਂ ਅਸੀਂ ਵੀ ਕਰਾ ਕਰਾਂਗੇ ਪਰ ਅਸੀਂ ਚਾਹੁੰਦੇ ਵੀ ਅਸੀਂ ਠੀਕ ਹੋ ਜਾਈਏ ਜੀ ਆਏਗਾ ਗਈ ਅਸੀਂ ਤਾਂ ਤੇਰੀ ਸਿਹਤ ਖਰਾਬ ਹੋ ਰਹੀ ਆ ਹੁਣ ਹੋਰ ਡਾਊਨ ਹੋ ਰਹੀ ਆ ਜੀ ਹਾਂ ਜਿਵੇਂ ਮੰਮੀ ਫੜ ਕੇ ਲੈ ਜਾਂਦੀ ਮੈਂ ਜਾਂ ਤਾਂ ਗਰਜੂ ਹਾਂ ਜਾਂ ਤੁਰ ਕੇ ਜਾਂ ਧੱਕੇ ਪਊਂਗੇ ਵਿੱਚ ਦੇਖੋ ਇਹਨਾਂ ਦੀ ਦੇਸੀ ਦਵਾਈ ਵੀ ਸ਼ੁਰੂ ਹੋਈ ਸੀ ਹੁਣ ਉਹ ਕਿਡਨੀਆਂ ਹੈ ਪੀਜੀਆਈ ਵਾਲਾ ਇਲਾਜ ਤੋਂ ਹੋਈਆਂ ਖਰਾਬ ਦੇਸੀ ਦਵਾਈ ਤੋਂ ਹੋਈਆਂ ਇਹ ਪਤਾ ਨਹੀਂ ਪਰ ਬਾਈ ਜੀ ਹੋਰਾਂ ਨੇ ਇਲਾਜ ਦੇ ਲਈ ਖੰਨੇ ਤੋਂ ਬਾਈ ਜੀ ਆਉਂਦੇ ਸੀ ਚੀਮਾ ਸਾਹਿਬ
ਉਹਨਾਂ ਨੇ ਵੀ ਬਹੁਤ ਮਦਦ ਕੀਤੀ, ਆਪ ਆਉਂਦੇ ਰਹੇ ਆ ਉਹ, ਪਰ ਦਵਾਈ ਦਵਾਉਂਦੇ ਰਹੇ ਆ, ਪਰ ਅਸਰ ਕੁਛ ਪਹਿਲਾਂ ਪਹਿਲਾਂ ਦਿਸਿਆ ਨਜ਼ਰ, ਹੈ ਨਾ, ਪਹਿਲਾਂ ਪਹਿਲਾਂ ਦਿਸਿਆ, ਪਰ ਹੁਣ ਜਿਹੜੀ ਹਾਲਾਤ, ਹਾਂ ਹੁਣ ਖਰਾਬ ਹੋ ਰਹੀ ਹੈ। ਇਹ ਅਮਲ ਵੀ ਕਹਿੰਦਾ ਜ਼ਿਆਦਾ ਝੜਕੇ ਪੈਣ ਲੱਗ ਗਏ ਮੈਨੂੰ। ਸੋ ਦੋਸਤੋ ਉਮਰਾਂ ਬਹੁਤ ਹੋ ਗਈਆਂ ਇਹਨਾਂ ਦੀ, ਕਿੰਨੀ ਉਮਰ ਹੋ ਗਈ? ਮੈਂ 20 ਸਾਲ, 20 ਦੀ ਹੋ ਗਈ, ਇਹਦੀ 24, 24 ਸਾਲ ਦਾ ਹੋ ਗਿਆ ਜੀ, 20 ਸਾਲ ਦਾ ਹੋ ਗਿਆ। ਸੋ ਮੇਰੀ ਬੇਨਤੀ ਹੈ ਜੀ, ਆ ਹੱਥ ਜੋੜ ਕੇ ਭਰਾ ਬਤਾਉਂਦੇ, ਹੁਣ ਤਾਂ ਜੀ ਮੈਂ ਬਹੁਤ ਔਖੀ ਹੋ ਗਈ ਇਹਨਾਂ ਤੋਂ, ਦੁਆਵਾਂ ਮੈਂ ਸਾਂਭਦੀ ਆ, ਇਹਦਾ ਜ਼ਿਆਦਾ ਹੋ ਗਿਆ ਮੈਨੂੰ। ਅਮਰ ਦਾ ਵਿਚਾਰ ਦੇਖੋ ਸੁੱਕਣ ਲੱਗ ਗਿਆ ਜਮੀ, ਮੈਂ ਕਹਿੰਦੀ ਚਲੋ ਇਹਨੂੰ ਠੀਕ ਦੇ ਇਲਾਜ ਕਰਾਈਏ, ਬਾਅਦ ਮੈਂ ਦਿਖਾਉਂਗੀ ਇਹਨੂੰ। ਮੇਰੇ ਵੀਰ ਇੱਕ ਮੇਰੀ ਹੋਰ ਬੇਨਤੀ ਆ ਵੀ ਜੇ ਤੁਸੀਂ ਰੂਹਾਂ ਜਿਹੜੀਆਂ ਮਦਦ ਕਰਨੀਆਂ ਚਾਹੁੰਦੀਆਂ ਪੈਸੇ ਦੇ ਨਾਲ ਨਾਲ, ਤੁਹਾਡਾ ਕੋਈ ਵੀ ਪਰਿਵਾਰਕ ਮੈਂਬਰ ਤੁਸੀਂ ਵਿਦੇਸ਼ ਬੈਠੇ ਹੋ ਜਾਂ ਫਿਰ ਤੁਸੀਂ ਇੱਥੇ ਹੋ, ਤਾਂ ਇਹਨਾਂ ਦੇ ਲਈ ਗੱਡੀ ਜ਼ਰੂਰ, ਬਈ ਜੇ ਜਿੱਦਣ ਜਾਣਾ ਹੈ ਡਾਕਟਰ ਨੇ ਬੁਲਾਇਆ ਉਸ ਦਿਨ ਜ਼ਰੂਰ ਹਾਜ਼ਰ ਹੋ ਜਾਓ। ਫਿਜ਼ੀਕਲ ਤੌਰ 'ਤੇ ਜੇ ਤੁਸੀਂ ਕੋਈ ਮਦਦ ਕਰ ਸਕਦਾ ਤਾਂ ਜ਼ਰੂਰ ਕਰਿਓ, ਤੁਹਾਡੇ ਹਿੱਸੇ ਸੇਵਾ ਵਾਹਿਗੁਰੂ ਦੇਵੇ, ਅਤੇ ਜੇ ਨਹੀਂ ਕੋਈ ਹੁੰਦਾ ਤਾਂ ਅਸੀਂ ਆਪ ਕਰਾਂਗੇ, ਕੋਈ ਨਹੀਂ। ਪਰ ਆ ਬੇਨਤੀ ਹੈ ਜੀ, ਅਸੀਂ ਇਹਨਾਂ ਦਾ ਅਕਾਊਂਟ ਨੰਬਰ ਦੇ ਰਹੇ, ਮੋਬਾਈਲ ਨੰਬਰ ਦੇ ਰਹੇ ਹਾਂ, ਇਹਨਾਂ ਦੇ ਨਾਲ ਗੱਲਬਾਤ ਕਰਕੇ ਇੱਥੇ ਆ ਜਾਓ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਡਾਕਟਰ ਦੇ ਲੈ ਕੇ, ਜਿਹੜਾ ਇਹਨਾਂ ਦਾ ਇਲਾਜ ਕਰਵਾਓ ਮੇਰੇ ਭਾਈ। ਬਾਕੀ ਰਾਸ਼ਨ ਮਾੜਾ ਮੋਟਾ ਨੇੜੇ, ਕੋਈ ਨਾ ਜਦੋਂ ਪੈਸਾ ਆਜੂਗਾ ਜੀ ਫਿਰ ਤੁਸੀਂ ਰਾਸ਼ਨ ਖਰੀਦ ਲਿਓ ਆਪ, ਹੈ ਨਾ ਜੀ, ਅਤੇ ਉਹਦਾ ਹਿਸਾਬ ਕਿਤਾਬ ਰੱਖ ਲਿਓ ਜੋ ਪੈਸਾ ਆਊਗਾ। ਹਾਂਜੀ ਉਹ ਸਾਨੂੰ ਇਕੱਲਾ ਪੈਸਾ ਦੱਸੋ, ਹਾਂ ਇੱਕ ਕੋਈ ਕਵੇ ਮੋਬਾਈਲ ਦੇ ਉੱਤੇ ਜੀ ਪੈਸਾ ਪਾ ਦਿਓ, ਅਕਾਊਂਟ 'ਚ ਪੈਸਾ ਪਾਇਓ, ਕਿਉਂਕਿ ਅੱਜ ਕੱਲ੍ਹ ਨਾ ਕੋਈ ਤੁਹਾਤੋਂ ਨੰਬਰ ਮੰਗੇ ਕਿਸੇ ਵੀ ਤਰ੍ਹਾਂ ਦਾ, ਵੀ ਆਹ ਪੈਸੇ ਬਹੁਤ ਸਫਾਈ ਕਰ ਰਹੇ ਆ ਜੀ ਜਿਹੜੇ ਹੈਕਰ ਬੈਠੇ ਨਾ, ਉਹ ਪੈਸਾ ਕੋਈ ਅਕਾਊਂਟ ਚਾਹੁੰਦਾ ਉਹ ਨਾਲ ਦੀ ਨਾਲ ਤੁਹਾਡਾ ਅਕਾਊਂਟ ਖਾਲੀ ਕਰ ਦੇ, ਕਿਸੇ ਨੂੰ ਕੋਈ ਨੰਬਰ ਨਹੀਂ ਦੇਣਾ, ਕੋਈ ਕੁਛ ਨਹੀਂ, ਬਸ ਜਿਹੜਾ ਕੋਈ ਕਹਿੰਦਾ ਉਹਨੂੰ ਅਕਾਊਂਟ ਨੰਬਰ ਕਿਹਾ ਭਾਈ ਆਹ ਸਰ ਦਿੱਤਾ ਹੋਇਆ ਜੀ ਉਹਦੇ 'ਤੇ, ਉਹਦੇ ਵਿੱਚ ਪੈਸਾ ਪਾ ਦਿਓ ਬਸ, ਹੋਰ ਕੋਈ ਗੱਲ ਨਹੀਂ ਕਰਨੀ ਤੁਸੀਂ, ਠੀਕ ਹੈ ਜੀ। ਸੋ ਜ਼ਰੂਰ ਬੇਨਤੀ ਹੈ ਜੀ, ਤਾਂ ਉਮੀਦ ਕਰਦਾ ਵੀ ਤੁਸੀਂ ਇਹਨੂੰ ਕਬੂਲ ਕਰੋਗੇ ਮੇਰੀ ਇਸ ਬੇਨਤੀ ਨੂੰ, ਅਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ। ਇਸ਼ਮੀਤ ਸਿੰਘ ਦੇ ਨਾਲ ਜਗਦੀਪ ਸਿੱਖ ਲਈ ਪੰਜਾਬੀ ਲੋਕ ਚੈਨਲ।